ਚੀਫ ਖਾਲਸਾ ਦੀਵਾਨ ਦੀ ਹੰਗਾਮਾ ਭਰਪੂਰ ਹੋਈ ਜਨਰਲ ਹਾਊਸ ਦੀ ਮੀਟਿੰਗ 'ਚ ਦੀਵਾਨ ਦੇ ਵਿਵਾਦਿਤ ਪ੍ਰਧਾਨ ਚਰਨਜੀਤ ਸਿੰਘ ਚੱਡਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਸਰਬੰਸ ਮਤੀ ਨਾਲ ਖਾਰਜ ਕਰ ਦਿੱਤਾ ਗਿਆ ਹੈ। ਜਦਕਿ ਮੀਟਿੰਗ 'ਚ ਚੱਡਾ ਦੇ ਪੁੱਤਰ ਹਰਜੀਤ ਸਿੰਘ ਅਤੇ ਭਤੀਜਾ ਨਵਦੀਪ ਸਿੰਘ ਸਾਨੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵੀ ਹਾਊਸ ਦੇ ਫੈਸਲੇ ਨੂੰ ਰੱਬ ਦਾ ਪਾਣਾ ਮੰਨ ਕੇ ਮੰਨ ਲਿਆ। ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਇੱਕ ਅਸ਼ਲੀਲ ਵੀਡੀਓ ਰਿਲੀਜ਼ ਹੋਣ ਉਪਰੰਤ ਕਾਰਜ ਸਾਧਕ ਕਮੇਟੀ ਵੱਲੋਂ ਮੁੱਢਲੀ ਮੈਂਬਰਸ਼ਿਪ ਨੂੰ ਖਾਰਜ ਕਰਨ ਦੇ ਲਏ ਗਏ ਫੈਸਲੇ 'ਤੇ ਜਨਰਲ ਹਾਊਸ ਨੇ ਮੋਹਰ ਲਗਾਉਂਦਿਆਂ ਚੱਡਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਦਿਆਂ ਉਸ ਤੋਂ ਪੂਰੀ ਤਰ੍ਹਾਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹਾਊਸ ਵਿੱਚ ਕਰੀਬ 200 ਮੈਂਬਰ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ ਵਧੇਰੇ ਕਰਕੇ ਚੱਡਾ ਵਿਰੋਧੀ ਖੇਮੇ ਦੇ ਮੈਂਬਰ ਸਨ। ਪ੍ਰੋਜੈਕਟ ਦੀ ਮੀਟਿੰਗ ਪਾਸ ਕਰ ਦੇਗੀ, ਜਿਹੜੇ 4 ਮੈਂਬਰਾਂ ਦੀ ਡਿਊਟੀ ਲਾਏਗੀ ਕਮੇਟੀ ਬਣਾ ਦੇਵਾਂਗੇ। ਜਿਹੜੀ ਅਸੀਂ ਕਮੇਟੀ ਬਣਾਉਣੀ ਹੈ ਨਾ, ਉਹ ਸਾਡੀ ਪ੍ਰੋਜੈਕਟ ਦੀ ਹੁਣ ਜਿਹੜੀ ਪਹਿਲੀ ਮੀਟਿੰਗ ਆਏਗੀ ਉਹਦੇ 'ਚ ਅਸੀਂ ਨਾਵਾਂ ਦੀ ਡਿਸਕਸ ਕਰਕੇ ਕਮੇਟੀ ਰਲ ਕੇ ਬਣਾਵਾਂਗੇ ਕਿ ਚਰਨਜੀਤ ਸਿੰਘ ਚੱਡਾ ਨੂੰ ਇੱਕ ਤਾਂ ਪੰਥ ਦੇ ਵਿੱਚੋਂ ਜਿਹੜਾ ਉਹ ਖਾਰਜ ਕਰਨਾ ਚਾਹੀਦਾ। ਦੂਸਰੀ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੱਡਾ ਨੇ ਜੋ ਪਿਛਲੇ ਇੱਕ ਦੇ ਇਹਦੀ ਕੈਟਾਗਰੀ ਦੇ ਜਿਹੜੀ ਇਹਦੀ ਸੋਚ ਦੇ ਜਿਹੜੇ ਸਾਥੀ ਇਹਦੇ ਵੀ ਮੈਂਬਰ ਅਜੇ ਹਨ, ਉਹ ਮੈਂਬਰ ਅਤੇ ਮੁਲਾਜ਼ਮ ਜਿਹੜੇ ਨੇ ਉਹ ਬਰਖਾਸਤ ਹੋਣੇ ਚਾਹੀਦੇ ਆ। ਤੀਸਰੀ ਗੱਲ ਇਹ ਹੈ ਕਿ ਇਸ ਚਰਨਜੀਤ ਚੱਡਾ ਨੇ ਆਪਣੇ ਸਮੇਂ ਦੇ ਵਿੱਚ ਜੋ ਬੱਚਿਆਂ ਦੇ ਮਾਪਿਆਂ ਦੀ ਫੀਸ ਦੇ ਨਾਂ ਦੇ ਉੱਤੇ ਸਕੂਲ ਜਿਹੜੇ ਸਕੂਲ ਸੀ ਉਹਦੀ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਔਰ ਕਿਤਾਬਾਂ ਕਾਪੀਆਂ ਵਰਦੀਆਂ ਟਰਾਂਸਪੋਰਟ ਅਤੇ ਹੋਰ ਵੀ ਜਿਹੜਾ ਟੂਰ ਦੇ ਨਾਂ ਦੇ ਉੱਤੇ ਜਿਹੜੀ ਬੱਚਿਆਂ ਦੀ ਲੁੱਟ ਕੀਤੀ ਗਈ ਆ ਉਹਨੂੰ ਜਿਹੜਾ ਸੀ ਉਹ ਸਾਰਾ ਪੈਸਾ ਜਿਹੜਾ ਲੁੱਟਿਆ ਉਹ ਵਾਪਸ ਕਰਾਉਣ ਵਾਸਤੇ ਅਸੀਂ ਮੰਗ ਜਿਹੜੀ ਆ ਉਹ ਮੰਗ ਪੱਤਰ ਦਿੱਤਾ ਅਤੇ ਉਹਨਾਂ ਨੇ ਸਾਨੂੰ ਜਿਹੜਾ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਇਹ ਸਾਰਾ ਕੁਝ ਕਰਾਂਗੇ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।